ਉਹ ਡਰ ਕਿ ਇਹ ਤਾਂ ਮੰਗਣ ਵਾਲੇ ਸਨ ਸਾਡੇ ਅੱਗੇ ਗਿੜਗਿੜਾਉਣ ਵਾਲੇ ਸਨ ਇਹਨਾਂ ਦੇ ਵਿੱਚ ਕਿੰਨਾ ਕੁ ਜ਼ੋਰ ਹੋਏਗਾ ਇਹ ਤਾਂ ਉਹੀ ਲੋਕ ਨੇ ਜਿਹੜੇ ਅਸੀਂ ਨਾ ਪੀੜੇ ਹੋਏ ਸਨ ਇਹ ਸਾਡੇ ਵਿਰੁੱਧ ਖੜੀ ਨਹੀਂ ਸਕਣ ਲੱਗੇ ਇਹੀ ਸੋਚ ਸੀ ਕਿ ਉਹ ਪਹਾੜੀ ਰਾਜੇ ਜੋ ਉਸ ਸਮੇਂ ਤੁਰੇ ਜਿਨ੍ਹਾਂ ਨੇ ਇਹ ਸਾਰੇ ਲੋਕਾਂ ਨੂੰ ਗੁਲਾਮ ਬਣਾਇਆ ਪਿਆ ਸੀ ਉਹ ਪਹਾੜੀ ਰਾਜੇ ਸਨ ਕਹਿਲੂਰ ਦਾ ਅਜਮੇਰ ਚੰਦ ਕਾਂਗੜੇ ਦਾ ਕਮੰਡ ਚੰਦ ਜਸਵਾਲ ਦਾ ਬੀਰ ਸਿੰਘ ਫਿਰ ਨਾਲਾਗੜ ਕੁੱਲੂ ਡਡਵਾਲ ਕੈਥਲ ਮੰਡੀ ਜੰਮੂ ਚੰਬਾ ਨੂਰਪੁਰ ਗੜਵਾਲ ਬੁਸ਼ਹਿਰ ਬਿੱਜਰਵਾਲ ਤੇ ਇਹ ਸਾਰਿਆਂ ਦੇ ਰਾਜਿਆਂ ਦੇ ਨਾਲ ਸਨ ਡੁੱਗਰ ਦੇ ਹਜ਼ਾਰਾਂ ਹੀ ਜੋ ਗੁੱਜਰ ਸਨ ਤੇ ਰੰਗੜ ਵੀ ਸਨ ਉਹ ਸਾਰੇ ਦੇ ਸਾਰੇ ਮੁਗਲ ਹਕੂਮਤ ਦੇ ਨਾਲ ਰਲ ਕੇ ਹੱਲਾ ਬੋਲਣ ਗਏ ਇੱਕ ਛੋਟੇ ਜਿਹੇ ਆਨੰਦਪੁਰ ਸਾਹਿਬ ਦੇ ਮਾਰ ਨਾਲ ਸਿਰਚਾ ਹੋ ਜਾਂਦਾ ਜਦੋਂ ਇਹ ਗੱਲ ਅਸੀਂ ਕਰਦੇ ਆ ਕਿਉਂਕਿ ਬੋਲ ਦੇ ਸਾਰ ਸਮਝ ਆ ਜਾਂਦਾ ਹਰ ਕਿਸੇ ਨੂੰ ਪਤਾ ਸੀ ਵਾਕਈ ਇੱਕ ਇੱਕ ਸਵਾ ਲੱਖ ਵਾਂਗ ਹੋਏਗਾ ਤੇ ਇਸ ਉਮੀਦ ਨਾਲ ਤੁਰੇ ਸਨ ਕਿ ਅਸੀਂ ਤਸ ਨਸ ਫੇਰ ਦੇਣੀ ਹੈ ਇੱਟ ਨਾਲ ਇੱਟ ਖੜਕਾ ਦੇਣੀ ਹੈ ਉਹਦਾ ਬਚਣਾ ਹੀ ਕੁਝ ਨਹੀਂ ਇਸ ਸੋਚ ਨਾਲ ਇੰਨੀ ਵੱਡੀ ਖਲਕਤ ਤੁਰ ਪਈ ਕੁਝ ਲੁੱਟਣ ਲਈ ਤੇ ਕੁਝ ਟਾਉਣ ਲਈ